ਸੰਤਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੌਰਵ ਗਰਗ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ। ਆਓ ਅੱਜ ਤੋਂ ਦਰਸ਼ਨ ਕਰਵਾਉਂਦੇ ਹਾਂ ਬਹੁਤ ਹੀ ਪਵਿੱਤਰ ਅਸਥਾਨ ਡੇਰਾ ਬਾਬਾ ਦਰਿਆਗਿਰੀ ਜੀ ਮਹਾਰਾਜ ਸ਼ਹਿਰ ਕੋਟਕਪੁਰਾ, ਜਿੱਥੇ ਸ਼੍ਰੀ ਸ਼੍ਰੀ 1008 ਬ੍ਰਹਮਲੀਨ ਸਵਾਮੀ ਹਰੀਗਿਰ ਮਹਾਰਾਜ ਜੀ ਦੀ 5ਵੀਂ ਸਾਲਾਨਾ ਬਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ ਮਹੰਤ ਸਵਾਮੀ ਗੋਪਾਲਨਾਥ ਮਹਾਰਾਜ ਜੀ ਦੀ ਦੇਖਰੇਖ ਹੇਠ ਸਮੂਹ ਡੇਰੇ ਦੇ ਸੇਵਾਦਾਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭ ਕੀਤੇ ਸਪਤਾਹ ਯੱਗ ਦੇ ਭੋਗ ਪਾਏ ਗਏ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਵਿਸ਼ਾਲ ਹਵਨ ਯੱਗ ਹੋਇਆ, ਜਿਸ ਵਿੱਚ ਸਾਰਿਆਂ ਨੇ ਪੂਰਨ ਹੋਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਇਹਨਾਂ ਸਮਾਗਮਾਂ ਮੌਕੇ ਵੱਖ ਵੱਖ ਮਹਿਲਾ ਸੰਕੀਰਤਨ ਭਜਨ ਮੰਡਲੀਆਂ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਹਨਾਂ ਸਮਾਗਮਾਂ ਵਿੱਚ ਸਾਜ ਬਣੇ ਆਈ
ਮੇਰੇ ਨੀਤਾ।
ਕੋਈ ਕੋਟਿਆ ਗੁਹਰੇ ਨਿਰਮਲ ਪਏ ਸਾਜ਼ ਬਣਿਆ।
ਇਹਨਾਂ ਸਮਾਗਮਾਂ ਵਿੱਚ ਸ਼੍ਰੀ ਮਹੰਤ ਸਵਾਮੀ ਰਾਮ ਨਾਰਾਇਣ ਗਿਰ ਜੀ ਰਾਮਪੁਰਾ, ਸ਼੍ਰੀ ਮਹੰਤ ਚੰਦਗਿਰ ਜੀ ਬੇਨੜਾ, ਸ਼੍ਰੀ ਮਹੰਤ ਰਾਮਗਿਰ ਜੀ ਹਸਨਪੁਰ, ਪੀਰ ਪੂਰਨ ਨਾਥ ਜੀ ਹੀਰੋਂ, ਸ਼੍ਰੀ ਮਹੰਤ ਓਮਗਿਰ ਜੀ ਕੁਲਬੁਰਸ਼ਾ, ਮਹੰਤ ਗਗਨਪੁਰੀ ਜੀ ਜੋਗੇਵਾਲਾ, ਮਹੰਤ ਮਲਕੀਰ ਗਿਰ ਜੀ ਦਾਦੂ, ਮਹੰਤ ਗੋਰਖਪੁਰੀ ਜੀ ਤਾਰੂਆਣਾ, ਮਹੰਤ ਰੋਹਤਾਸ਼ਪੁਰੀ ਜੀ ਜਗਮਾਰ ਵਾਲੀ, ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਜੀ ਗਊਸ਼ਾਲਾ ਭੈਣੀ ਬੜਿੰਗਾ ਮਲੋਦ ਵਾਲੇ, ਮਹੰਤ ਦੋਤਗਿਰ ਜੀ ਜਗਰਾਓਂ, ਮਾਤਾ ਰਾਜ ਦੇਵੀ ਜੀ ਬਰਨੇ ਵਾਲਾ ਮੰਦਰ ਧਨੌਲਾ, ਮਹੰਤ ਸਰਵਨ ਦਾਸ ਜੀ ਫਿਰੋਜ਼ਪੁਰ, ਸਵਾਮੀ ਮਨਜਿੰਦਰਪੁਰੀ ਜੀ ਟਿੱਬਾ, ਮਹੰਤ ਸੁੰਦਰ ਦਾਸ ਜੀ ਪੰਜਗਰਾਈ, ਮਹੰਤ ਕੇਸਰ ਦਾਸ ਜੀ ਲਹਿਰਾ, ਮਹੰਤ ਤਰਨਗਿਰ ਜੀ ਕੋਟੀਸੇ ਖਾਂ, ਮਹੰਤ ਬਿੱਟੂ ਦਾਸ ਜੀ ਪਿਪਲੀ, ਕੋਤਬਾ ਸਤਪਾਲ ਗਿਰ ਜੀ, ਸੰਤ ਪਿਰਤਪਾਲ ਗਿਰ ਜੀ ਰਾਮਪੁਰਾ, ਸਵਾਮੀ ਗੋਬਿੰਦਪੁਰੀ ਜੀ ਕੋਟੀਸੇ ਖਾਂ, ਮਹੰਤ ਜਸਵਿੰਦਰ ਗਿਰ ਜੀ ਧਮੋਟ, ਮਹੰਤ ਨਿੱਕੂ ਦਾਸ ਜੀ ਰਾਜਸਥਾਨ, ਮਹੰਤ ਸਤਮਣੀ ਭਗਤਵਾਣਾ, ਮਹੰਤ ਦਰਸ਼ਨ ਦਾਸ ਜੀ ਸੈਣਾ, ਮਹੰਤ ਗੁਰਜੰਟ ਸਿੰਘ ਜੀ ਕੋਠਾ ਗੁਰੂ, ਮਹੰਤ ਸਾਧੂ ਰਾਮ ਜੀ ਜੋਗਾਨੰਦ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ, ਜਿਨ੍ਹਾਂ ਦਾ ਅਸਥਾਨ ਦੇ ਗੱਦੀ ਨਸ਼ੀਨ ਸ਼੍ਰੀ ਮਹੰਤ ਸਵਾਮੀ ਗੋਪਾਲਾਨੰਦ ਮਹਾਰਾਜ ਜੀ ਵੱਲੋਂ ਭਰਮਾ ਸਵਾਦ ਕੀਤਾ ਗਿਆ। प्रेम नगर है यहाँ संभल कर आना जी, जो भी आए यहाँ किसी का
जाती पाति का और न झंझट मजहब का। एक सभी की प्यास यहाँ पर एक सभी का है प्याला। गुरुवर्षी मनाई जाती है, सारे संत महापुरुष हमारे आते हैं, निमंत्रण भी आज भेजा जाता है। तो आज संत महापुरुष पादारे स्वामी जी हमारे मंडल अध्यक्ष आप मेरे बगल विराजमान हैं, आपकी सरप्रस्ती अध्यक्षता में सारा काम होता है। ये मंडल के अध्यक्ष हमारे भला, हम महंत श्री महंत बात अलग है, मंडल अध्यक्ष आप है, आपके ऊपर सारा कुछ है। तो मैं कहता हूँ बेटे, गुरुवर्षी हर साल मनाई जाती है, मनाया जाता है, बड़े
ਕਿਰਪਾ ਹਮਾਰੀ ਸੰਗਤ ਸਾਰੀ ਮਤਲਬ ਕਿ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਮੈਂ ਚਾਹਤਾ ਹੂੰ। ਸਾਤ ਦਿਨ ਤੱਕ ਕਥਾ ਸੰਗਤ ਨੇ ਸੁਣੀ ਹੈ, ਮਾਤਾ ਬਹਿਣੇ ਬੈਠੀ ਹੈ, ਬੰਧੂ ਵਰਗ ਸਭੀ ਬੈਠੇ ਹੈ। ਤੋ ਗੁਰੂ ਮਹਾਰਾਜ ਜੀ ਕੀ ਬਰਸੀ ਬੜੀ ਧੂਮਧਾਮ ਸੇ ਮਨਾਈ ਗਈ, ਆਜ ਸੰਪੰਨ ਹੋ ਗਿਆ। ਸਭ ਕੋ ਵਧਾਈਆਂ। ਆਗੇ ਹਮਾਰੇ ਸਵਾਮੀ ਜੀ ਬੈਠੇ ਹੈ, ਤੋ ਜੋ ਕੁਛ ਕਹਿਣਾ ਆਪ ਕਹੇਂਗੇ। ਬੋਲ ਸਮਾਧੀ ਵਾਲੇ ਬਾਬਾ ਜੀ ਮਹਾਰਾਜ ਕੀ ਜੈ, ਬੋਲ ਸ਼ੰਕਰ ਭਗਵਾਨ ਕੀ ਜੈ, ਬੋਲ ਸਵਾਮੀ ਦਿਆਗਰ ਜੀ ਮਹਾਰਾਜ ਕੀ ਜੈ, ਬੋਲ ਸਵਾਮੀ ਹੰਸਗਿਰੀ ਜੀ ਮਹਾਰਾਜ ਕੀ ਜੈ, ਬੋਲ ਸਵਾਮੀ ਹਰੀਗਰ ਜੀ ਮਹਾਰਾਜ ਕੀ ਜੈ। ਸਾਰੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ, ਦੱਸਿਆ ਜਾਂਦਾ ਹੈ ਕਿ ਸ੍ਰੀ ਮਹੰਤ ਹਰੀਗਰ ਜੀ ਮਹਾਰਾਜ ਸੰਗਮ ਮਾਲਵਾ ਮੰਡਲ ਦੇ ਅਧਿਆਕਸ਼, ਜਿਨ੍ਹਾਂ ਦੀ ਅੱਜ ਪੰਜਵੀਂ ਵਰਸੀ ਕੋਟਕਪੂਰਾ ਆਸ਼ਰਮ ਦੇ ਵਿੱਚ ਮਨਾਈ ਗਈ। ਇਹ ਹਰੀਗਰ ਜੀ ਮਹਾਰਾਜ ਇਹੋ ਜਿਹੇ ਸੰਤ ਸੀ, ਬਿਰਲੇ ਸੰਤਾਂ ਦੇ ਵਿੱਚੋਂ ਜਿਨ੍ਹਾਂ ਦਾ ਨਾਮ ਆਉਂਦਾ ਹੈ, ਤਿਆਗੀ ਮੂਰਤੀ, ਸਭ ਕੁਛ ਹੁੰਦੇ ਹੋਏ ਤਿਆਗ ਕਰ ਦੇਣਾ ਉਸ ਨੂੰ ਕਹਿੰਦੇ ਨੇ ਤਿਆਗੀ। ਇੱਕ ਬੰਦੇ ਨੂੰ ਭੁੱਖੇ ਮਰਦੇ ਨੂੰ ਰੋਟੀ ਨਸੀਬ ਨਹੀਂ ਹੁੰਦੀ, ਮੰਗੀ ਮਿਲਦੀ ਨਹੀਂ ਘਰੇ ਖਾਣ ਨੂੰ ਨਹੀਂ, ਅਤੇ ਉਹ ਕਹੇ ਮੇਰਾ ਵਰਤ ਹੈ, ਉਹ ਕਹਿਣ ਵਾਲੀ ਗੱਲ ਨਹੀਂ ਹੁੰਦੀ, ਕਿਉਂਕਿ ਉਹਦੀ ਮਜਬੂਰੀ ਹੈ ਭੁੱਖੇ ਰਹਿਣਾ। ਵਰਤ ਉਹ ਹੁੰਦਾ ਸੋਨੇ ਦੀ ਥਾਲੀ 'ਚ ਪਦਾਰਥ ਮੂਹਰੇ ਪਰੋਸੇ ਪਏ ਨੇ, ਫਿਰ ਉਹ ਭੁੱਖ ਲੱਗੀ ਹੋਵੇ ਖਾਵੇ ਨਾ, ਫਿਰ ਕਹਿ ਸਕਦਾ ਵੀ ਮੇਰਾ ਵਰਤ ਹੈ। ਸਵਾਮੀ ਹਰੀਗਰ ਜੀ ਮਹਾਰਾਜ ਜੀ ਇਹੋ ਜਿਹੇ ਸਿੱਧ ਪੁਰਸ਼ ਸੀ, ਜਿਨ੍ਹਾਂ ਨੇ 60 ਕਿੱਲਿਆਂ ਦੀ ਖੇਤੀ ਆਪ ਕਰਦੇ ਸੀ, ਸਾਰੀਆਂ ਗਊਆਂ ਦੀ ਵੀ ਸੇਵਾ ਆਪ ਕਰਦੇ ਸੀ, ਡੇਰੇ ਦੀ ਸੇਵਾ ਆਪ ਕਰਦੇ ਸੀ, ਸੀਰੀਆਂ ਵਾਂਗੂ, ਸਾਂਝੀਆਂ ਵਾਂਗੂ, ਦਿਹਾੜੀਆਂ ਵਾਂਗੂ ਡੇਰੇ ਦਾ ਕੰਮ ਕਰਦੇ ਸੀ। ਜਿੱਦੇ ਕਿਤੇ ਬਿਨਾਂ ਕੋਈ ਕੰਮ ਕੀਤੇ ਰੋਟੀ ਖਾਂਦੇ, ਥਾਲੀ ਮੂਹਰੇ ਪਈ ਹੁੰਦੀ ਪਰੋਸ ਕੇ ਰੱਖੀ ਵੀ, ਅਤੇ ਉਹਨੂੰ ਦੇਖਦੇ ਕਿ ਸਿਰ ਹਿਲਾਈ ਜਾਂਦੇ ਵੀ ਅੱਜ ਰੋਟੀ ਡੇਰੇ ਦੀ ਖਾਣੀ ਪਊਗੀ, ਕਿਉਂਕਿ ਅੱਜ ਮੈਂ ਡੇਰੇ ਦਾ ਕੰਮ ਨਹੀਂ ਕਰਿਆ ਕੋਈ। ਇਹੋ ਜਿਹੇ ਸਿੱਧ ਮਹਾਤਮਾ, ਇਹੋ ਜਿਹੇ ਮਹਾਂਪੁਰਸ਼ ਬੜੇ ਦੁਰਲੱਭ ਹੁੰਦੇ ਨੇ, ਬੜੇ ਔਖੇ ਦਰਸ਼ਨ ਹੁੰਦੇ ਨੇ ਇਹੋ ਜਿਹੇ ਮਹਾਂਪੁਰਸ਼ਾਂ ਦੇ, ਪਰ ਸਾਨੂੰ ਸਾਡਾ ਕੋਈ ਚੰਗਾ ਕਰਮ ਕੀਤਾ ਹੈ ਸੀ ਜਿਹੜਾ ਕਿ ਸਾਡੇ ਨਾਲ ਸਾਡੇ ਗੁਰਭਾਈ ਦੀ ਜਗ੍ਹਾ ਲੱਗਦੇ ਸੀ, ਕਿਉਂਕਿ ਅਸੀਂ ਇਕੱਠੇ ਸੰਤ ਬਣੇ ਸੀ ਅਤੇ ਸਾਡਾ ਬਚਪਨ ਵੀ ਇਕੱਠਿਆਂ ਦਾ ਗੁਜ਼ਰਿਆ, ਅਤੇ ਅਸੀਂ ਜਿੰਨਾ ਚਿਰ ਸੰਤਪਣੇ 'ਚ ਰਹੇ ਅਸੀਂ ਇਕੱਠੇ ਰਹੇ, ਅੰਤਿਮ ਕਿਰਿਆ ਵੀ ਮੇਰੇ ਹੱਥੀਂ ਹੋਈ, ਅਤੇ ਪਰ ਉਹ ਦੁੱਖਦਾਈ ਬਹੁਤ ਘਟਣਾ ਸੀ ਉਸ ਟਾਈਮ, ਕਿਉਂਕਿ ਜਿਹੜਾ ਹੱਥੀਂ ਨਾਲ ਇੱਕ ਮਿੱਤਰ ਬਣਿਆ ਹੋਵੇ ਸੰਤ ਹੋਣ, ਕਿਉਂਕਿ ਸਾਡੇ ਤਾਂ ਵੱਡੇ ਗੁਰਭਾਈ ਉਹੀ ਸੀ, ਸਾਰਿਆਂ ਤੋਂ ਵਧੀਆ ਪ੍ਰੇਮ ਸੀ ਸਾਡਾ, ਜੇ ਕਿਤੇ ਦੁੱਖ ਦੇ ਸੁੱਖ ਦੇ ਆਉਂਦੇ ਤਾਂ ਉਹ ਸਾਡੇ ਅਤੇ ਅਸੀਂ ਉਹਨਾਂ ਦੇ, ਅਸੀਂ ਤਾਂ ਅੱਜ ਵੀ ਉਹਨਾਂ ਦੇ ਨਾਂ ਨੂੰ ਹੀ ਇੱਥੇ ਆ ਕੇ ਸੇਵਾ ਕਰਨ ਆਉਂਦੇ ਹਾਂ, ਸੇਵਾ ਭਾਵਨਾ ਦੇ ਨਾਲ ਆਉਂਦੇ ਹਾਂ। ਉਹਨਾਂ ਮਹਾਂਪੁਰਸ਼ਾਂ ਦੀ ਇਹ ਪੰਜਵੀਂ ਵਰਸੀ ਸਾਰੀ ਸੰਗਤ ਨੇ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਈ, ਅਤੇ ਉਹਨਾਂ ਦੇ ਪਰਮ ਸ਼ਿਸ਼ ਗੋਪਾਲਾਨੰਦ ਗਿਰ ਜੀ, ਅਸੀਂ ਜਿਹੜੇ ਕਿ ਮੰਡਲ ਦੇ ਸ੍ਰੀ ਮਹੰਤ ਬਣਾਏ ਹੋਏ ਨੇ, ਉਹਨਾਂ ਦੇ ਦੁਆਰਾ ਅਤੇ ਸੰਗਮ ਮਾਲਵਾ ਮੰਡਲ ਦੀ ਅਧਿਆਕਸ਼ਤਾ ਦੇ ਵਿੱਚ ਇਹ ਸਾਰੇ ਇੱਥੇ ਧੂਮਧਾਮ ਨਾਲ ਭੰਡਾਰਾ ਹੋਇਆ, ਅਤੇ ਪਹਿਲਾਂ ਇੱਥੇ ਸਵਾਮੀ ਜੀ ਮਹਾਰਾਜ ਨੇ ਭਾਗਵਤ ਦੀ ਕਥਾ ਹੋਈ, ਅਤੇ ਉਹਨਾਂ ਦਾ 7 ਦਿਨ ਕਥਾ ਸੁਣਾ ਕੇ ਲੋਕਾਂ ਦਾ ਕਲਿਆਣ ਕੀਤਾ, ਅਤੇ ਜਗ੍ਹਾ ਜਿਹੜੀਆਂ ਹੁੰਦੀਆਂ ਨੇ ਸਾਰੀਆਂ ਲੋਕਾਂ ਦੇ ਕਲਿਆਣ ਵਾਸਤੇ ਹੁੰਦੀਆਂ ਨੇ, ਇੱਥੇ ਜੋ ਵੀ ਆਉਂਦਾ ਹੈ ਹਰੇਕ ਦਾ ਭਲਾ ਹੁੰਦਾ। ਪਹਿਲਾਂ ਤਾਂ ਖੁਦ ਬੈਠੇ ਕਰਦੇ ਸੀ, ਅਤੇ ਹੁਣ ਉਹਨਾਂ ਦੇ ਨਾਲ ਇਹ ਤੋਂ ਵੀ ਲੋਕਾਂ ਦਾ ਉਵੇਂ ਜਿਵੇਂ ਭਲਾ ਹੁੰਦਾ ਹੈ, ਅਤੇ ਇਸੇ ਤਰ੍ਹਾਂ ਇਹਨੇ ਕਹਿੰਦੇ ਹੋਏ ਇਸ ਵਰਸੀ ਦੀ ਸਾਰਿਆਂ ਨੂੰ ਸੂਚਨਾ ਦਿੰਦੇ, ਸਾਰੇ ਮੰਡਲ ਬੁਲਾਏ ਗਏ, ਨਾਭਾ ਪਟਿਆਲਾ ਮੰਡਲ ਇਸ ਜਗ੍ਹਾ 'ਤੇ ਆਇਆ, ਅਤੇ ਨਾਲੇ ਦੱਤ ਦੁਆਬਾ ਮੰਡਲ 'ਚੋਂ ਵੀ ਸਾਧੂ ਆਏ, ਸੰਗਮ ਮਾਲਵਾ ਮੰਡਲ ਦੀ ਅਧਿਆਕਸ਼ਤਾ ਦੇ ਵਿੱਚ ਹੋਇਆ, ਅਤੇ ਪੰਚਾਲ ਮੰਡਲ ਵੀ ਆਇਆ, ਰਾਜਪੁਰਾ ਮੰਡਲ, ਸਾਰੇ ਮੰਡਲਾਂ ਦੇ ਮਹੰਤ ਸ੍ਰੀ ਮਹੰਤ ਇਸ ਭੰਡਾਰੇ ਦੇ ਵਿੱਚ ਆਏ, ਅਤੇ ਸਾਰਿਆਂ ਨੇ, ਸਾਰੇ ਸੇਵਕਾਂ ਨੇ
ਬਹੁਤ ਉਤਸ਼ਾਹ ਦੇ ਨਾਲ ਸੇਵਾ ਕੀਤੀ ਅਤੇ ਇਹਨਾਂ ਸਾਰੇ ਸੇਵਕਾਂ ਦੇ ਸਾਰੇ ਸੰਤਾਂ ਦੇ ਨਾਮ ਤੁਹਾਨੂੰ ਗੌਰਵ ਗਰਗ ਜੀ ਦੱਸਣਗੇ, ਕਿਉਂਕਿ ਇਹ ਵੀ ਸਾਡੇ ਗੌਰਵਜ ਵੀ ਸੰਤਾਂ ਦੇ ਇੱਕ ਤਰ੍ਹਾਂ ਦੇ ਪਰਮ ਸ਼ਿਸ਼ ਕਹਿ ਲਓ, ਕਿਉਂ ਅਸੀਂ ਨਾ ਤਾਂ ਇਹਨੂੰ ਬਰਾਬਰ ਦਾ ਦਰਜਾ ਕਹਿ ਸਕਦੇ ਅਤੇ ਨਾ ਵੱਡਾ ਪ੍ਰੋਹਤੀ ਬਣਾ ਸਕਦੇ ਹਾਂ। ਇਹ ਸਾਡੇ ਸੰਤਾਂ ਦੇ ਸ਼ਰਧਾਲੂ ਨੇ, ਜਿੱਥੇ ਵੀ ਕਿਤੇ ਕੋਈ ਸਮਾਗਮ ਹੁੰਦਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਉਸ ਸਮਾਗਮ ਨੂੰ ਪਹੁੰਚਾਉਂਦੇ ਨੇ, ਇਹਨਾਂ ਦਾ ਵੀ ਕੋਟ ਕੋਟ ਧੰਨਵਾਦ ਹੈ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਜਿੰਨੇ ਮਹਾਂਪੁਰਸ਼ ਆਏ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ, ਜਿੰਨਿਆਂ ਨੇ ਸੇਵਾ ਕੀਤੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਜਿਹੜੇ ਹਲਵਾਈਆਂ ਨੇ, ਮਾਈਆਂ ਨੇ ਲੰਗਰ ਪਕਾਇਆ, ਪੂਰੀਆਂ ਬੇਲੀਆਂ ਸਾਨੂੰ ਪੱਖਿਆਂ ਥੱਲੇ ਗਰਮੀਆਂ ਲੱਗੀ ਜਾਂਦੀਆਂ ਨੇ ਅਤੇ ਉਹਨਾਂ ਨੇ ਵਿਚਾਰਿਆਂ ਨੇ ਭੱਠੀਆਂ 'ਤੇ ਬਹਿ ਕੇ ਸੇਵਾ ਕੀਤੀ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਹੈ। ਅਤੇ ਸਮਾਧਾਂ ਵਾਲੇ ਬਾਬੇ ਜਥਾਯੋਗ ਸਾਰਿਆਂ ਨੂੰ ਉਹਨਾਂ ਦੀ ਸੇਵਾ ਦਾ ਫਲ ਦੇਣ ਅਤੇ ਸਾਰਿਆਂ ਦਾ ਭਲਾ ਹੋਵੇ। ਕਿਉਂ ਇੰਨਾ ਕਹਿੰਦੇ ਹੋਏ ਸੀ, ਜੇ ਸਾਥੋਂ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ, ਕੋਈ ਸੇਵਾ 'ਚ ਕਮੀ ਰਹਿ ਗਈ ਹੋਵੇ ਤਾਂ ਹੱਥ ਜੋੜ ਕੇ ਸ਼ਮਾ ਪ੍ਰਾਰਥੀ ਹਾਂ। ਬੋਲ ਸਮਾਧੀ ਵਾਲੇ ਬਾਬਾ ਜੀ ਮਹਾਰਾਜ ਕੀ ਜੈ। ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਅਸਥਾਨ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀ ਮਹੰਤ ਸਵਾਮੀ ਗੋਪਾਲਨਾ ਜੀ ਮਹਾਰਾਜ ਅਤੇ ਸ਼੍ਰੀ ਮਹੰਤ ਸਵਾਮੀ ਰਾਮ ਨਾਰਾਇਣ ਗਿਰ ਜੀ ਰਾਮਪੁਰਾ ਫੂਡ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਸਾਡੇ ਰਿਪੋਰਟਰ ਗੌਰਵ ਗਰਗ ਸ਼ੇਪਰ ਨਾਲ ਗੱਲਬਾਤ ਕਰਦਿਆਂ ਆਏ ਮਹਾਂਪੁਰਸ਼ਾਂ ਦਾ, ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਹ ਸਬੂਤ ਦੇ ਰਿਹਾ ਸੀ। ਡੇਰਾ ਬਾਬਾ ਦਰਿਆਗਿਰੀ ਜੀ ਮਹਾਰਾਜ ਸ਼ਹਿਰ ਕੋਟਕਪੁਰਾ ਤੋਂ ਗੌਰਵ ਗਰਗ ਸ਼ੇਰਪੁਰ ਦੀ ਇਹ ਖਾਸ ਰਿਪੋਰਟ। ਐਸੇ ਕਰਮ ਕਮਾਏ ਹੋਇਆ ਚਰਨਾ ਤੋਂ ਬਖਸ਼ੋ ਚਰਨਾ ਦੀ ਤੂੜ ਇਹੋ ਮੰਗਾ ਹਜ਼ੂਰ ਮੇਰਾ ਵਾਰ ਸਾਈਆ ਰੱਖੀ ਚਰਨਾ ਦੇ ਕੋਲ ਮੇਰਾ
ਫਰਿਆਦ ਤੇਰੇ ਦਰ ਅੱਗੇ ਹੋਰ ਸੁਣਾਵਾ ਕਿੰਨੂ ਫਰਿਆਦ ਤੇਰੇ ਦਰ ਅੱਗੇ ਹੋਰ ਸੁਣਾਵਾ ਕਿੰਨੂ ਮੇਰੀ ਫਰਿਆਦ ਤੇਰੇ ਦਰ ਅੱਗੇ ਹੋਰ ਸੁਣਾਵਾ ਕਿੰਨੂ ਮੇਰੀ ਫਰਿਆਦ ਤੇਰੇ ਦਫ਼ਤਰ ਹੈ ਪਾਵਾਲੇ ਦਰ ਤੋਂ ਤੱਕ ਨਾ ਮੈਨੂੰ ਦਫ਼ਤਰ ਹੈ ਪਾਵਾਲੇ ਦਰ ਤੋਂ ਤੱਕ ਨਾ ਮੈਨੂੰ ਦਰ ਤੋਂ ਤੱਕ ਨਾ ਮੈਨੂੰ ਰੱਖੀ ਚਰਨਾ ਦੇ ਕੋਲ ਮੇਰਾ ਵਾਲਿਆ ਸਾਈਆ ਰੱਖੀ ਚਰਨਾ
ਜੇ ਔਗਣ ਵੇਖੈ ਸਾਹਿਬਾ ਤਾਂ ਕੋਈ ਨਹੀਂ ਮੇਰੀ ਥਾਂ।
ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170 36301 ਅਤੇ 98141 36301।